ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਕਿਤਨੇ ਕਰਮਾਂ ਭਾਵਾਂ ਵਾਲੇ ਤਾਂ ਪਿਆਰਿਓ ਦੁਨੀਆਂ ਦੇ ਇਤਿਹਾਸ ਵਿੱਚ ਇਹੋ ਜਿਹੀ ਵੱਡੀ ਘਟਨਾ ਕਦੇ ਨਹੀਂ ਸੀ ਪਹਿਲਾਂ ਘਟੀ ਜਿਹੜੀ ਕੱਲ ਰੋਜ ਸਤਿਗੁਰੂ ਅਰਜਨ ਸਾਹਿਬ ਨੇ ਘਟਾਈ। ਭਾਈ ਨਿਰੰਕਾਰ ਦੇ ਤਮਾਮ ਹੁਕਮਾਂ ਨੂੰ ਸਤਿਗੁਰਾਂ ਨੇ ਧੁਰਤੀ ਬਾਣੀ ਦੇ ਰੂਪ ਵਿੱਚ ਜਗਤ ਤੇ ਲਿਆ ਕੇ ਸਤਿਖੰਡ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਕੀਤਾ ਤੇ ਸਾਨੂੰ ਹੁਕਮ ਲਾਇਆ ਨੇ ਲਓ ਰੋਜ਼ ਸਤਿਗੁਰੂ ਪਿਤਾ ਮਹਾਰਾਜ ਜੀ ਦੇ ਘਰੋਂ ਅਰਦਾਸ ਕਰੋਗੇ। ਨਿਰੰਕਾਰ ਦਾ ਸਿੱਧਾ ਹੁਕਮ ਸਮੁੱਚੀ ਮਨੁੱਖਤਾ ਸੁਣ ਸਕੇਗੀ ਭਈ ਅੱਜ ਤੁਸਾਂ ਨੇ ਕੀ ਕਰਨਾ ਹੈ। ਲੋਕਾਂ ਲਈ ਤਾਂ ਹੋਏਗਾ ਨਾ ਕਿ ਬੜੇ ਪਿੱਛੇ ਰੱਬ ਪੈ ਕਿਤਨੀ ਦੂਰ ਕਿ ਨੇੜੇ ਪੈ। ਸਾਡੇ ਏਡਾ ਪਾਰ ਉਤਾਰ ਕੇ ਨੇੜੇ ਦੂਰ ਦੀ ਗੱਲ ਛੱਡ ਕੇ ਬੋਲ ਕੇ ਸੁਣਾਏ ਤਾਂ ਰੋਜ਼ ਹੁਕਮ ਤੂੰ ਕੇਵਲ ਭਾਵਨਾ ਰੱਖ ਕੇ ਸੁਣਨ ਦੀ ਖੇਚਲ ਕਰੇ ਤੁਰਪੰਗਾ। ਅੱਜ ਵੀ ਸਤਿਗੁਰਾਂ ਨੇ ਹੁਕਮਨਾਮਾ ਸਾਹਿਬ ਜੀ ਬਖਸ਼ਿਆ ਤੈ 727 ਅੰਗ ਤਿਲੰਗ ਰਾਤ ਵਿਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 15 ਭਗਤਾਂ ਦੀ ਮੁਬਾਰਕੀ ਦਰਜ ਹੈ। ਉਹਨਾਂ ਚੋਂ ਇੱਕ ਭਗਤ ਸਨ ਭਗਤ ਨਾਮਦੇਵ ਜੀ। ਸਤਿਗੁਰੂ ਜੀ ਕਿਵੇਂ ਇੱਕ ਇੱਕ ਚੀਜ਼ ਦੀ ਜਾਂਚਾਂ ਦੱਸਦੇ ਨੇ। ਅਸੀਂ ਕਈ ਵਾਰ ਵੱਡੇ ਦਾ ਨਾਮ ਲੈਣ ਲੱਗਿਆ ਗਰਬੀ ਜੀ ਕਰ ਦਿੰਦੇ ਆ, ਅਰਥ ਕਰ ਲੱਗਿਆ ਹੇ ਨਾਨਕ ਨਾਨਕ ਨਹੀਂ ਤਾਏ, ਪਰ ਕਿਵੇਂ ਅੰਦਰੋਂ ਇਹ ਸ਼ਬਦ ਨਿਕਲ ਜਾਂਦੇ। ਤਾਂ ਸਤਿਗੁਰੂ ਜੀ ਕਹਿੰਦੇ ਨੇ ਭਗਤਾਂ ਦਾ ਵੀ ਨਾਂ ਲਵੋ ਤੇ ਜੀ ਲਾ ਕੇ ਲਵੋ। ਅੱਜ ਦਾ ਸਿਰਲੇਖ ਕੇ ਨਾਮਦੇਵ ਜੀ ਪਹਿਲਾਂ ਭਗਤਾਂ ਦੀ ਬਾਣ ਪ੍ਰਾਰੰਭ ਹੋਏ ਤਲੰਗ ਬਾਣ ਕੇ ਭਗਤਾਂ ਕੀ ਕਬੀਰ ਜੀ। ਪਿਆਰਿਓ ਜੀ ਜਦੋਂ ਅਸੀਂ ਆਖਦੇ ਹਾਂ ਸਾਨੂੰ ਹੁਕਮੇ ਹਰ ਮਨੁੱਖ ਨੂੰ ਜੀ ਕਰਕੇ ਬੁਲਾਉਣਾ ਤੇ ਸ੍ਰਿਸ਼ਟੀ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਸਾਹਿਬ ਪਿਤਾ ਜੀ ਨੂੰ ਅਸੀਂ ਕਿਵੇਂ ਉਹਨਾਂ ਦਾ ਕਲਪਾ ਨਾਮ ਲੈ ਸਕਦੇ ਹਾਂ। ਬਾਪ ਥੋੜਾ ਦਵੇਗਾ ਕਿ ਮੈਨੂੰ ਮੇਰਾ ਪੂਰਾ ਜੀ ਲਾ ਕੇ ਤੁਸੀਂ ਬੁਲਾਓ, ਉਹਨੂੰ ਨਾ ਪੁੱਛੋਗੇ ਕੱਲਾ ਨਾ ਦੱਸੇਗਾ। ਬੱਚੇ ਦਾ ਪਰਜੇ ਪਈ ਉਹਨੂੰ ਜੀ ਕਰਕੇ ਦੂਸਰੇ ਨੂੰ ਦੱਸਣ ਲੱਗਿਆ ਉਹਨਾਂ ਨਾਲ ਸਤਿਕਾਰ ਯੋਗ ਸ਼ਬਦ ਵਰਤਨੇ। ਸੋ ਭਗਤ ਨਾਮਦੇਵ ਜੀ ਦਾ ਅੱਜ ਦਾ ਪਾਵਨ ਪਵਿੱਤਰ ਬਚਨ ਹੈ। ਹਜ਼ੂਰ ਨੇ ਅੱਜ ਕਿਰਪਾ ਕਰਕੇ ਸਾਡੇ ਸਾਹਮਣੇ ਦੋ ਪੱਖ ਰੱਖੇ ਨੇ। ਕਹਿਣ ਲੱਗੇ ਜਦੋਂ ਨਿਰੰਕਾਰ ਨੂੰ ਪਿਆਰ ਨਾਲ ਨਾ ਕੋਈ ਕਰੇ ਤੇ ਉਸਨੇ ਕਿਸੇ ਦੂਸਰੇ ਦੀ ਪਹਿਚਾਣ ਤਾਂ ਕੀ ਕਰਨੀ। ਗੁਰੂ ਸਾਹਿਬ ਦੀ ਪਹਿਚਾਣ ਵੀ ਉਹ ਨਹੀਂ ਕਰ ਸਕੇਗਾ, ਪਰਮੇਸ਼ਰ ਦੀ ਪਹਿਚਾਣ ਬਹੁਤ ਦੂਰ ਦੀਆਂ ਬਾਤਾਂ ਨੇ। ਕਹਿੰਦੇ ਰੱਬ ਦੇ ਰਾਹ ਤੇ ਤੁਰਨ ਤੋਂ ਬਗੈਰ ਮਨੁੱਖ ਆਪਣੇ ਆਪੇ ਦੀ ਪਹਿਚਾਣ ਨਹੀਂ ਕਰ ਸਕਦਾ। ਦੂਸਰੇ ਸ਼ਬਦਾਂ ਚ ਇਸ ਤਰ੍ਹਾਂ ਕਵਾਂ ਭਈ ਦੂਸਰੇ ਦੇ ਘਰ ਵਿਚ ਕੀ ਬੁੱਝਦਾ ਹੈ ਇਹ ਤਾਂ ਦੂਰ ਦੀਆਂ ਬਾਤਾਂ। ਨਿਰੰਕਾਰ ਤੇ ਮੇਰੇ ਆ ਬਾਹਰਲੇ ਘਰ ਅੰਦਰ ਦੀ ਨਹੀਂ ਗੱਲ ਕਰਦਾ, ਬਾਹਰਲੇ ਘਰ ਵਿਚ ਕੀ ਬੁੱਝ ਦਿੱਤਾ ਹੈ ਉਹ ਵੀ ਨਹੀਂ ਆ ਕੇ ਵੇਖਦਾ ਬੁੱਝਦਾ ਰਹੇਗਾ। ਕੀ ਕਾਰਨ? ਜੋ ਉਸ ਨੂੰ ਰੱਬ ਨੂੰ ਪਰਮੇਸ਼ਰ ਨੇ ਦਿੱਤੀਆਂ ਨੇ ਦਾਤਾਂ, ਧੀ ਦੇ ਰੂਪ ਅੰਦਰ ਪੁੱਤਰ ਕੈ, ਪੈਸਾ ਕੈ, ਕਾਰੋਬਾਰ ਕੈ, ਇੱਜ਼ਤ ਪਦਵੀ, ਉਹਨੂੰ ਦਿਸਦੀ ਨਹੀਂ। ਜੋ ਉਹਨੂੰ ਨਹੀਂ ਨਾ ਮਿਲਿਆ ਉਹ ਉਹਨੂੰ ਦਿਸਦਾ ਕਿ ਆਹ ਚੀਜ਼ ਮੈਨੂੰ ਕਿਉਂ ਨਹੀਂ ਮਿਲੀ। ਇਸ ਗੱਲ ਦਾ ਅਸੀਂ ਰੋਜ਼
ਵੇਖ ਸਕਦੇ ਆਪਣੇ ਮਨ ਦੀ ਹਾਲਤ ਜੋ ਨਹੀਂ ਮਿਲਿਆ ਕੇਵਲ ਉਹਦੇ ਵੱਲ ਧਿਆਨ ਹੈ ਤੂੰ ਮਿਲਿਆ ਉਹਦੇ ਵੱਲ ਧਿਆਨ ਤੂੰ ਨਹੀਂ ਗਿਆ ਸਤਿਗੁਰੂ ਜੀ ਕਿਰਪਾ ਕਰਦੇ ਨੇ ਸਹਿਬ ਅੱਜ ਬਚਨ ਕਰਦੇ ਪਿਆਰਿਓ ਜਦੋਂ ਕੋਈ ਨਾਮ ਬਾਣੀ ਨਾਲ ਜੁੜਦਾ ਹੈ ਤੇ ਸਭ ਤੋਂ ਪਹਿਲਾਂ ਸਾਡਾ ਧਿਆਨ ਸਤਿਗੁਰੂ ਆਪਣੇ ਅੰਦਰ ਤੇ ਘਰ ਵੱਲ ਲੈ ਕੇ ਘੁੰਮਦੇ ਨੇ ਕਹਿੰਦੇ ਆਪਣੇ ਘਰ ਜਿਹੜਾ ਤੇਰਾ ਬਾਹਰ ਲੈ ਇੱਥੇ ਆ ਫਿਰ ਆਖਦੇ ਨੇਤਰ ਬੰਦ ਕਰ ਸਿਮਰਨ ਕਰ ਆਪਣੇ ਅੰਦਰ ਵੇਖ ਜਰਾ ਫਿਰ ਤੈਨੂੰ ਪਤਾ ਲੱਗੇਗਾ ਕਿ ਤੇਰੇ ਘਰ ਰੱਬ ਦੀਆਂ ਦਾਤਾਂ ਕਿੰਨੀਆਂ ਪੁੱਜਦੀਆਂ ਹੁੰਦੀਆਂ ਨੇ ਉਹ ਵੀ ਨਜ਼ਰ ਆਉਣਗੀਆਂ ਤੇ ਜਿਹੜੇ ਔਗਣ ਤੇ ਗੁਨਾਹ ਮਨ ਕਰਦਾ ਉਹ ਵੀ ਨਜ਼ਰ ਆਉਣਗੇ ਚੰਗਾ ਮੰਦਾ ਦੋਖੋਂ ਅਸੀਂ ਵੇਖ ਸਕਦੇ ਹਾਂ ਅੱਜ ਦੇ ਬਚਨ ਨੇ ਦੋ ਪਾਸੇ ਦੇ ਇੱਕ ਪਾਸੇ ਸਾਡੇ ਅੰਦਰ ਦੀ ਗੁਰੂ ਕੇ ਪਿਆਰੇ ਹਾਲਤ ਜਿਹੜੀ ਕਿ ਬੜੀ ਕਮਜ਼ੋਰ ਜਿਹੀ ਪਤਲੀ ਜਿਹੀ ਨਿਮਾਣਾਪਨ ਦੀ ਕੁਛ ਨਾ ਕਰਨ ਦੀ ਸਮਰੱਥਾ ਰੱਖਣ ਵਾਲੀ ਤੇ ਦੂਸਰੇ ਪਾਸੇ ਨਿਰੰਕਾਰ ਦਾ ਬਖਸ਼ਿੰਦ ਸੁਭਾਅ ਹੈ ਤੇ ਕਿਹੜੀਆਂ ਰਹਿਮਤਾਂ ਤੇ ਬਖਸ਼ਾਂ ਉਹ ਕਰਨ ਵਾਲਾ ਹੈ ਗੁਰੂ ਕੇ ਪਿਆਰਿਓ ਇਸ ਗੱਲ ਤੋਂ ਅੱਜ ਥੋੜਾ ਵਿਚਾਰ ਅੱਜ ਸਤਿਗੁਰੂ ਜੀ ਨੇ ਮੌਕਾ ਬਖਸ਼ਿਆ ਹੈ ਤਾਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਈ ਵਾਰ ਅਸੀਂ ਵੇਖਦੇ ਹਾਂ ਜਦੋਂ ਆਦਮੀ ਪਾਠ ਵੀ ਕਰ ਰਿਹਾ ਗੁਰੂ ਪਾਤਸ਼ਾਹ ਵੀ ਬਣ ਗਿਆ ਸੰਗਤ ਵੀ ਕਰਦੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਨੂੰ ਸਿਜਦਾ ਵੀ ਕਰ ਆਪਣਾ ਫਰਜ਼ ਅਦਾ ਕਰ ਰਹੇ ਹੋ ਪਰ ਵਾਰ ਵਾਰ ਸਾਡੇ ਅੰਦਰ ਇਹ ਖਿਆਲ ਸਾਡੀ ਜ਼ੁਬਾਨ ਤੇ ਸ਼ਬਦ ਮੈਂ ਬਹੁਤ ਮਾੜਦਾ ਵਾ ਮੈਂ ਬਹੁਤ ਹੀ ਖੋਜਾਂ ਤੁਹਾਨੂੰ ਨੀ ਪਤਾ ਮੈਂ ਕਿਤਨਾ ਨੀਚ ਹਾਂ ਇਹ ਗੱਲ ਜਦੋਂ ਸਿੱਖੇ ਨੇ ਉਹਦੇ ਮਗਰ ਦੋ ਤਰ੍ਹਾਂ ਦੀ ਭਾਵਨਾ ਹੁੰਦੀ ਹੈ ਇੱਕ ਕਹਿਣ ਵੀ ਆਪਣੇ ਗੁਨਾਹਾਂ ਨੂੰ ਵੇਖ ਕੇ ਉਹਨਾਂ ਨੂੰ ਦੂਰ ਕਰਨ ਲਈ ਇਹ ਗੱਲ ਕਹਿਣੀ ਕਿ ਸਤਿਗੁਰੂ ਮੈਂ ਨੀਚ ਹਾਂ ਮੇਰੇ ਤੇ ਕਿਰਪਾ ਕਰੇ ਮੈਨੂੰ ਉੱਚਾ ਬਣਾ ਦੂਸਰਾ ਹੁੰਦਾ ਗੁਰੂ ਕੇ ਪਿਆਰਿਓ ਐਵੇਂ ਸੁੱਤੇ ਮਨ ਨਾਲ ਸਾਰਾ ਕੁਝ ਖੋਲ ਲੇ ਪਰ ਆਪਣੇ ਆਪ ਨਾਲ ਇਹ ਸ਼ਬਦ ਜੋੜੀ ਜਾਣ ਮੈਂ ਨੀਵਾਂ ਵਾਂ ਰੱਬ ਦੇ ਪਿਆਰੇ ਕਹਿੰਦੇ ਤੁਹਾਨੂੰ ਪਤਾ ਜਿਹਨਾਂ ਨੂੰ ਗੁਸਤਾਖੀ ਕੀ ਹੋ ਜਾਂਦੀ ਏ ਜਿਹੜੀ ਸਤਿਗੁਰੂ ਜੀ ਨੇ ਤੁਹਾਡੇ ਤੇ ਬਖਸ਼ਿਸ਼ ਕੀਤੀ ਏ ਤੁਸੀਂ ਉਹਦਾ ਕਦੇ ਆਪਣੀ ਜ਼ੁਬਾਨ ਤੋਂ ਜ਼ਿਕਰ ਨਹੀਂ ਕਰਦੇ ਉਹ ਨੀ ਨਜ਼ਰ ਆਉਂਦੀ ਸਾਰੀ ਦੁਨੀਆਂ ਸੁੱਤੀ ਤੇ ਮੈਂ ਉਹ ਗੁਰੂ ਨਾਨਕ ਸਾਹਿਬ ਨੇ ਉਠਾ ਕੇ ਨਿਤਨੇ ਮੇਰੇ ਤੋਂ ਕਰਵਾ ਲਿਆ ਹੈ ਉਹਦੀ ਬਖਸ਼ਿਸ਼ ਏ ਲੋਕ ਸ਼ਰਾਬ ਤੇ ਤਬਾਹ ਵਿੱਚ ਬਰਬਾਦ ਹੋ ਰਹੇ ਨੇ ਮੈਨੂੰ ਸਤਿਗੁਰੂ ਜੀ ਨੇ ਖੰਡੇ ਬਾਟੇ ਦੇ ਅੰਮ੍ਰਿਤ ਦੇ ਘੁੱਟ ਪਿਲਾ ਦਿੱਤੇ ਨੇ ਲੋਕਾਈ ਵਿਚਾਰੇ ਈਰਖਾ ਤੇ ਦੁਆਸ਼ ਦੇ ਅੱਗ ਵਿੱਚ ਛੱਡ ਦੇ ਮੈਂ ਸਤਿਗੁਰੂ ਦੇ ਚਰਨਾਂ ਵਿੱਚ ਖਲੋ ਕਰ ਰੋਜ਼ ਸਰਬੰਧ ਦਾ ਭਲਾ ਮੰਗਦਾ ਹਾਂ ਲੋਕ ਜਿਹੜੇ ਤਨ ਸਵੇਰੇ ਉੱਠ ਕੇ ਕੇਵਲ ਅਖਬਾਰ ਦੇਖਣ ਵੱਲ ਧਿਆਨ ਕਰਦੇ ਨੇ ਸ਼ਾਮ ਭਾਵੇਂ ਅੱਜ ਦੀਆਂ ਖਬਰਾਂ ਕੀ ਆਈਆਂ ਉਹਨੂੰ ਤੱਕਦੇ ਨੇ ਮੇਰੇ ਤੇ ਸਤਿਗੁਰੂ ਨੇ ਕਿਹੜੀ ਮਿਹਰ ਕੀਤੀ ਮੈਨੂੰ ਨਿਤਨੇਮ ਕਰਾਉਣ ਤੋਂ ਬਾਅਦ ਕਹਿੰਦੇ ਅਖਬਾਰ ਪੜ੍ਹਨ ਕਾਲ ਪਹਿਲਾਂ ਮੈਂ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਦਰਸ਼ਨ ਕਰਕੇ ਤੇ ਸੰਗਤ ਦੇ ਦੀਦਾਰ ਕਰਦੇ ਨੇ ਤੁਸੀਂ ਸੰਗਤ ਵਿੱਚ ਚੱਲ ਕੇ ਆਏ ਇਹ ਕੋ ਘੱਟ ਬਖਸ਼ਿਸ਼ ਏ ਪਿਆਰਿਓ ਜਿੱਥੇ ਆਪਣੇ ਗੁਨਾਹਾਂ ਨੂੰ ਦੇਖ ਕੇ ਆਪਾਂ ਤੁਰਨਾ ਤਾਂ ਕਿ ਦੂਰ ਕਰ ਸਕੀਏ ਉੱਥੇ ਉਹਦੀ ਬਖਸ਼ਿਸ਼ ਨੂੰ ਨਾ ਕਦੇ ਅੱਖੋਂ ਪਰੋਖੇ ਕਰੀਏ ਜੇ ਅਸੀਂ ਉਹਦੀ ਬਖਸ਼ਿਸ਼ ਨੂੰ ਸਾਹਮਣੇ ਰੱਖਾਂਗੇ ਨਾ ਇੱਕ ਤਰੀਕਾ ਜੇ ਥੋੜਾ ਇਸ ਨੂੰ ਵਿਚਾਰਨਾ ਔਗਣਾ ਜਦੋਂ ਅਸੀਂ ਕਿਸੇ ਚੀਜ਼ ਨੂੰ ਚੇਤਾ ਕਰਦੇ ਹਾਂ ਨਾ ਉਹ ਚੀਜ਼ ਸਾਡੇ ਸਾਹਮਣੇ ਪਿਕਚਰ ਬਣ ਕੇ ਵਾਰ ਵਾਰ ਆਪ ਬੁਲਾਉਂਦੀ ਕਿਸੇ ਵਿਦਵਾਨ ਨੂੰ ਨਾ ਸਮਝਾਉਣ ਲਈ ਨਿੱਕੀ ਜਿਹੀ ਗੱਲ ਰਹੇ ਕਿਸੇ ਮਹਾਤਮਾ ਕੋਲ ਚਲਾ ਤਾਂ ਨੌਜਵਾਨ ਕਹਿਣ ਲੱਗੇ ਮਹਾਤਮਾ ਜੀ ਮੈਂ ਸਿਮਰਨ ਸ਼ੁਰੂ ਕਰਤਾ ਕੋਈ ਜੁਗਤੀ ਦੱਸੋ ਕਹਿਣ ਲੱਗੇ ਵੀ ਇਹ ਵੇ ਕੋਈ ਬਾਂਦਰ ਨੂੰ ਨਾ ਕਦੇ ਚੇਤਾ ਕਰੀ ਬਾਕੀ ਠੀਕ ਹੈ ਕਹਿਣ ਲੱਗਾ ਮੇਰਾ ਤੇ ਕਦੇ ਵਾਹ ਹੀ ਨਹੀਂ ਪਿਆ ਇਹ ਕੀ ਆਖਦੇ ਪਏ ਹੋ ਮੈਂ ਜਾ ਕੇ ਆਪ ਦੱਸਣਗੇ ਇਸ ਤਰ੍ਹਾਂ ਗੁਰੂ ਕਹਿਣਾ ਇਸ ਤਰ੍ਹਾਂ ਉੱਠਣਾ ਬੈਠਣਾ ਬੰਦ ਹੈ ਉਹ
ਕਹਿੰਦੇ ਤੈਨੂੰ ਕਿਹਾ ਬਸ ਠੀਕ ਜੇ ਕਰਨ ਨਹੀਂ ਵਾਹ ਪੈਂਦਾ ਕੋਈ ਗੱਲ ਨਹੀਂ। ਬਾਂਦਰ ਉਹਨਾਂ ਆਪਣੇ ਸਾਹਮਣੇ ਲਿਆ ਨਾ ਕਦੇ ਚੇਤਾ ਕਰੀ, ਕਹਿੰਦੇ ਠੀਕ ਏ। ਜਦੋਂ ਹੀ ਉੱਥੇ ਤੁਰਿਆ ਨਾ ਬਸ ਉਦੋਂ ਹੀ ਬਾਂਦਰ ਦੀ ਤਸਵੀਰ ਸਾਹਮਣੇ ਆਖਲ ਹੋ ਗਏ। ਹੈ ਨਹੀਂ ਸੀ ਕਿਤੇ ਬਾਂਦਰ ਨਾਲ ਵਾਹ, ਪਰ ਬਾਂਦਰ ਜਦੋਂ ਚੇਤਾ ਕਰਾਇਆ ਉਹ ਹੁਣ ਜਿੱਧਰ ਜਿੱਧਰ ਬਾਂਦਰ ਹੀ ਬਾਂਦਰ ਨਜ਼ਰ ਆਉਂਦੀ, ਇੱਧਰ ਉੱਤੇ ਨਹੀਂ ਆ ਗਿਆ, ਖੱਬੇ ਤੋਂ ਨਹੀਂ ਆ ਗਿਆ, ਪਿੱਛੇ ਉਹ ਇਹਦਾ ਕਿਉਂ ਆਇਆ। ਇਹ ਜਿਹੜਾ ਮਨ ਹੈ ਨਾ ਗੁਰੂ ਕੇ ਪਿਆਰਿਓ, ਇਹ ਇਸੇ ਤਰ੍ਹਾਂ ਦਾ ਇਹਦਾ ਸੁਭਾਅ ਹੈ। ਜੇ ਔਗਣ ਚੇਤਾ ਕਰਾਂਗੇ ਨਾ ਹਾਏ ਕਿਧਰੇ ਮੈਂ ਤਾਂ ਦੀ ਅੱਗ ਵਿੱਚ ਨਾ ਸੜ ਮਣਾ, ਮੈਂ ਲਾਲਚੀ ਨਾ ਬਣ ਜਾਵਾਂ, ਮੈਂ ਹੰਕਾਰੀ ਨਾ ਹੋ ਜਾਵਾਂ। ਔਗਣਾਂ ਦੇ ਬਾਂਦਰ ਨੂੰ ਤਾਂ ਖੁਦ ਪਹਿਲਾਂ ਚੇਤਾ ਕਰਕੇ ਅੰਦਰ ਲੈ ਆਉਂਦਾ ਹੈ, ਜਿਹੜੀ ਮਿਹਰ ਪਿੱਛੇ ਕਿਤਾਬ ਹੋ ਗਏ। ਸਤਿਗੁਰੂ ਕਹਿੰਦੇ ਨੇ ਇਸ ਕਰਕੇ ਕੰਮ ਕਰੋ। ਹਜ਼ੂਰ ਜੀ ਦੱਸੋ ਕਿਹੜਾ? ਹਜ਼ੂਰ ਕਹਿੰਦੇ ਚੇਤਨਾ ਕਰ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ ਕਿਧਰੇ ਕਹਿੰਦੇ ਪਾਈ ਰੇ ਰਾਮ ਕਹੋ ਚਿਤ ਲਾਏ। ਕਰੇ ਉਹਨਾਂ ਰਾਮ ਕਹਿਣ ਤੇ ਜ਼ੋਰ ਦੇ, ਵਾਹਿਗੁਰੂ ਕਹਿਣ ਤੇ ਜ਼ੋਰ ਦੇ, ਉਹਦੀ ਬਖਸ਼ਿਸ਼ ਨੂੰ ਜਦੋਂ ਆਪਾਂ ਬਿਨਾਂ ਦੇਣਾ ਤੇ ਔਗਣਾਂ ਵੱਲ ਜਦੋਂ ਧਿਆਨ ਹੀ ਨਹੀਂ ਜਾਣਾ ਤੇ ਔਗਣ ਕਰਨੇ ਕਿੰਨੇ ਨੇ ਇਹ ਦੱਸੋ। ਸੁਰਤੀ ਰੱਬ ਨੇ ਇੱਕ ਦਿੱਤੀ ਸਾਰਿਆਂ ਨੂੰ, ਦੋ ਤਿੰਨ ਨੂੰ ਦਿੱਤੀਆਂ, ਸਾਡੀ ਇੱਕ ਸੁਰਤੀ ਏ। ਜਦੋਂ ਇੱਕ ਸੁਰਤੀ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਤੇਰੀ ਮਿਹਰ, ਤੇਰੀ ਬਾਣੀ, ਤੇਰਾ ਦਿੱਤਾ ਆ ਸਰੀਰ, ਨੈਣ ਪ੍ਰੈਣ ਇੰਨੀਆਂ ਬਖਸ਼ਾਂ, ਜਦੋਂ ਗੁਰੂ ਨਾਨਕ ਸਾਹਿਬ ਸਾਹਮਣੇ ਰਹਿਣਗੇ ਸੁਰਤੀ ਤੇ ਜੁੜੀ ਹੋਈ ਏ ਗੁਰੂ ਦੀ ਬਖਸ਼ਿਸ਼ ਵੇਖਣ ਲਈ, ਵਿਕਾਰ ਤੇ ਔਗਣ ਕਿਹੜਾ ਆਦ ਕਰ ਲੈਂਦਾ ਵੇ। ਅਸੀਂ ਖੁਦ ਨਾ ਇੱਧਰ ਤੁਰੀਏ। ਸਤਿਗੁਰੂ ਜੀ ਇਹ ਕਾਰਨ ਜਦੋਂ ਵੀ ਗੁਰਬਾਣੀ ਦਾ ਕਿਸੇ ਸ਼ਬਦ ਤੇ ਦਰਸ਼ਨ ਕਰੋਗੇ ਤੇ ਉਹਦੇ ਪੂਰੀ ਪੰਕਤੀਆਂ ਵੱਲ ਧਿਆਨ ਕਰਿਆ ਜੇ ਅੱਜ ਵੀ ਕਰਾਂਗੇ, ਜਿਵੇਂ ਇਸੇ ਤਰ੍ਹਾਂ ਦੇ ਸ਼ਬਦ ਗ੍ਰੰਥ ਨੇ, ਜਿਵੇਂ ਸਾਹਿਬ ਕਹਿੰਦੇ ਕੰਮ ਮਹਿਲੇ ਇਹਨਾਂ ਇਹਨਾਂ ਬਸ, ਪਰ ਨਾਲ ਇੱਕਦਮ ਤੋਂ ਉਜਲ ਕਰਦੇ। ਜੀ ਤੁਸੀਂ ਉਜਲ ਕਰਨ ਵਾਲੇ ਹੋ, ਸਾਡਾ ਧਿਆਨ ਕੇਂਦਰਿਤ ਹੋਵੇ, ਤੁਸੀਂ ਮੇਰੀ ਮਹਿਲ ਧੋ ਸਕਦੇ ਹੋ ਜੀ ਕਿਰਪਾ ਕਰਕੇ। ਫਿਰ ਉਹ ਸਤਮੁਖ ਧੋਤੇ ਨਾ ਤੇ ਜੇ ਗੱਲਾਂ ਕੀ ਕਹੀਏ, ਕੰਮ ਮਹਿਲੇ ਕੰਮ ਮਹਿਲੇ ਹਮ ਮਹਿਲੇ ਕੰਮ ਮਹਿਲੇ, ਫਿਰ ਮੈਂ ਵੀ ਚੇਤਾ ਕੀਤੀ ਏ ਨਾ। ਸਤਿਗੁਰੂ ਜੀ ਇਸ ਤਰ੍ਹਾਂ ਕਰਦੇ ਕਿਰਪਾ ਕਰਕੇ। ਹਜ਼ੂਰ ਤਾਂ ਕਹਿੰਦੇ ਕੰਮ ਨੇੜ ਗੁਣ ਤੂੰ ਦਾਤਾ, ਠੀਕ ਹੈ ਮੈਂ ਗੁਣਾ ਵਾ ਪਰ ਤੁਸੀਂ ਦਾਤੇ ਹੋ, ਮੈਨੂੰ ਤੁਹਾਡੇ ਦਾਤੇ ਪਨ ਤੇ ਭਰੋਸਾ ਏ। ਤੁਹਾਡੇ ਸਾਹਮਣੇ ਵੱਡੇ ਤੋਂ ਵੱਡੇ ਔਗਣ ਤੇ ਗੁਣਾ ਕੀ ਕਹਿਣਾ ਰੱਖਦੇ, ਜੀ ਤੁਸੀਂ ਬਖਸ਼ੇ ਨੀ ਲੋ। ਮੈਂ ਤਾਂ ਬੇਨਤੀ ਕੀਤੀ ਗੁਰੂ ਕੇ ਪਿਆਰਿਓ, ਜਦੋਂ ਔਗਣਾਂ ਦੀ ਆਪਣੇ ਅੰਦਰ ਨੂੰ ਅਹਿਸਾਸ ਹੋਣਾ ਕਿ ਭਲੀ ਗੱਲ ਜੇ ਵੀ ਮੈਂ ਚੰਗਾ ਨਹੀਂ ਅੱਜ ਬਣਿਆ, ਮੈਂ ਚੰਗਾ ਬਣਨਾ ਏ, ਪਰ ਚੰਗਾ ਬਣਨ ਤੇ ਜ਼ੋਰ ਲਗਾਉਣਾ ਨਾ ਕਿ ਆਪਣੇ ਔਗਣਾਂ ਦੀ ਲਿਸਟ ਆਪਣੇ ਸਾਹਮਣੇ ਰੱਖੀ ਰੱਖਣੀ। ਗੁਰੂ ਸਵਾਰਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਦੇ ਨੇ, ਸੁਣਦੇ ਹੋ ਨਾ, ਬਹੁਤਾ ਕਹੀਏ ਬਹੁਤਾ ਹੋਵੇ, ਉਹਦੀਆਂ ਬਖਸ਼ਾਂ ਨੂੰ ਵੇਖਿਆ ਕਰੀਏ ਤੇ ਬਖਸ਼ਾਂ ਵਿਖਾਣ ਦੇ ਸਤਿਗੁਰੂ ਜੀ ਦੇ ਆਪਣੇ ਢੰਗ ਤਰੀਕੇ ਨੇ। ਕਹਿੰਦੇ ਸਵੇਰੇ ਉੱਠਦੇ ਹੋ ਨਾ ਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਪਰਮੇਸ਼ਰ ਦੀ ਬਖਸ਼ਿਸ਼ ਦੇ ਦਰਸ਼ਨ ਕਰਨੇ ਹੋਣ ਤੇ ਕਿੱਥੋਂ ਕਰੋਗੇ? ਕਹਿੰਦੇ ਬਾਹਰ ਨਹੀਂ ਜਾਣਾ ਮੰਜੇ ਤੋਂ ਉੱਠ ਕੇ, ਜਿਸ ਮੰਜੇ ਤੇ ਸੁੱਤੇ ਹੋ, ਜਿਹੜੇ ਆਸਨ ਤੇ ਪਏ ਹੋ, ਉੱਠਦਿਆਂ ਸਾਰ ਆਪਣੇ ਸਵਾਸ ਚੱਲ ਕੇ ਜਦੋਂ ਤੱਕੋਗੇ ਮੈਂ ਜਿਉਂਦਾ ਵਾਂ, ਮੇਰੇ ਸਵਾਸ ਚੱਲ ਰਹੇ ਨੇ, ਇਹ ਕਿੰਨੇ ਚਲਾਏ ਨੇ, ਨਿਰੰਕਾਰ ਤੋਂ ਮਿਹਰ ਕੀਤੀ ਮੈਂ ਤਾਂ ਸੌ ਗਿਆ ਸਾਂ, ਤੂੰ ਸੁੱਤੇ ਦੀ ਵੀ ਇਹ ਜਿੰਦ ਚਲਾ ਕੇ ਦਿੱਤੀ ਤੇ ਸਵਾਸ ਦਿੱਤੇ, ਵੇਖ ਫਿਰ ਮੈਨੂੰ ਕੁਝ ਭੁੱਲਿਆ ਵੀ ਨਹੀਂ, ਸਗੋਂ ਤਰੋ ਤਾਜ਼ਾ ਹੋ ਗਿਆ ਵਾਂ, ਕਿੱਡੀ ਤੇਰੀ ਵੱਡੀ ਮਿਹਰ। ਗੁਰੂ ਕੇ ਪਿਆਰਿਓ ਜੇ ਇਸ਼ਨਾਨ ਕਰਕੇ ਸ਼ੀਸ਼ੇ ਸਾਹਮਣੇ ਖਲੋਤੇ ਆਪਣੀ ਨੈਣ ਪ੍ਰੈਣਾਂ ਨੂੰ ਤੱਕਾਂਗੇ, ਸਾਹਿਬ ਕਹਿੰਦੇ ਉਹਦੀ ਵੱਡੀ ਮੇਰੀ ਆ ਜਿਹੜੇ ਤੇਰੇ ਨੈਣ ਪ੍ਰੈਣ ਤੇਰੇ ਸਹੀ ਸਲਾਮਤ ਤੇਰੇ ਸਾਹਮਣੇ ਨਜ਼ਰ ਆ ਰਹੇ, ਉਹਦੀ ਬਖਸ਼ਿਸ਼ ਤੋਂ ਬਗੈਰ ਇਹ ਮਿਲਦੇ ਨੇ। ਤਾਂ ਹੀ ਸਤਿਗੁਰੂ ਜੀ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਬੜੀ ਪ੍ਰਚਲਨ ਤੇ, ਜੇ ਕਿਧਰੇ ਉਹ ਪਾਕ ਪਵਿੱਤਰ ਬਾਣੀ ਦੇ ਅਰਥਾਂ ਨੂੰ ਖਲੋ ਕੇ ਸਤਿਗੁਰੂ ਜੀ ਨੂੰ ਪਿਆਰ ਕਰੀਏ ਤੇ ਆਨੰਦ ਬੜਾ ਆਵੇ। ਸਾਹਿਬ ਆਖਦੇ ਨੇ ਨਾ ਸੁਖਮਨੀ ਸਾਹਿਬ ਜੀ ਦੇ ਅੰਦਰ ਕਿਧਰੇ ਕਹਿੰਦੇ ਰਮਈਆ ਤੇ ਗੁਣ ਚੇਤ ਪ੍ਰਾਣੀ,
ਉਹਦੇ ਗੁਣ ਸਾਹਮਣੇ ਰੱਖੀਏ, ਉਹਦੇ ਪਰਉਪਕਾਰ, ਉਹਦੇ ਪਰਉਪਕਾਰ ਕੀ ਨੇ? ਕਮਲ ਮੂਲ ਤੇ ਕਮਲ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਜਿਹਨੇ ਸਾਜਿਆ ਸਵਾਰਿਆ ਸ਼ਿੰਗਾਰਿਆ, ਕਰ ਅਗਨ ਮੈਂ ਜਿਵੇਂ ਉਬਾਰਿਆ, ਉਸਨੇ ਦੇਵ ਕਿਹੜੇ ਤੇ ਕਿਤਨੀ ਕਿਰਪਾ ਕੀਤੀ, ਬਣ ਦੇ ਅੱਗ ਵਿਚੋਂ ਤੈਨੂੰ ਬਚਾ ਲਿਆ। ਪਿਆਰਿਓ, ਇੱਕ ਤਾਂ ਇਹ ਨਾ ਕਿ ਮੈਂ ਰੱਬ ਨੂੰ ਮੰਨਦਾ ਥਾਂ, ਇਹ ਗੱਲ ਨੂੰ ਬਹੁਤ ਹੀ ਕੀਮਤ ਨਹੀਂ ਰੱਖਦੀ। ਕੀਮਤ ਇਹ ਰੱਖਦੀ ਏ, ਗੁਰੂ ਅਰਜਨ ਸਾਹਿਬ ਕਹਿੰਦੇ ਸੀ, ਇਸ ਤਰ੍ਹਾਂ ਰੱਬ ਨਾਲ ਰੋਜ਼ ਗੱਲਾਂ ਕਰਿਆ ਕਰੀਏ, ਉਹਦੇ ਨਾਲ ਬਾਤਾਂ ਪਾਇਆ ਕਰੀਏ। ਗੁਰਬਾਣੀ ਨਾਲ ਜਦੋਂ ਪਿਆਰ ਪੈਂਦਾ ਏ ਨਾ, ਤੇ ਉਦੋਂ ਇਹ ਭੁੱਲ ਜਾਂਦਾ ਮੈਂ ਪਾਠ ਕਰਦਾ ਵਾ, ਫਿਰ ਇਹ ਚੇਤਾ ਰਹਿੰਦਾ ਏ, ਮੇਰੀ ਰਸਨਾ ਤੇ ਬੈਠ ਕੇ ਵੇਖੋ, ਨਿਰੰਕਾਰ ਨਾਲ ਸਤਿਗੁਰੂ ਮੇਰੀਆਂ ਤੇ ਉਹਦੀਆਂ ਗੱਲਾਂ ਬਣਾਈ ਝਾੜਦੇ ਨੇ। ਹੁਣ ਜਦੋਂ ਕੀਰਤਨੀ ਸ਼ਬਦ ਪੜ੍ਹਦੇ ਇਸ ਤਰ੍ਹਾਂ, ਉਹ ਖਿੱਚੇ ਰਹਿੰਦੇ ਆ ਦੂਜਾ ਤੀਜਾ ਭਾਵ, ਉਹ ਤਾਂ ਆਪਣੇ ਸਾਈ ਨੂੰ ਕਹਿ ਰਹੇ ਨੇ ਨਾ, ਕਰੀਮਾ ਰਹੀਮਾ ਅੱਲਾ ਤੂੰ ਗਰੀ, ਤੇ ਉਹਨੂੰ ਕਹਿ ਜਾ ਰਹੇ ਉਹ ਤੇ ਤੁਸੀਂ ਉਹ ਸਤਿਗੁਰੂ ਦੀ ਕਿਰਪਾ ਕਰਨ। ਮੈਂ ਬੇਨਤੀ ਕਰ ਰਿਹਾ ਸਾਂ, ਜੇ ਪ੍ਰਸਾਦ ਵਸੈ ਸੁਖ ਮੰਦਰ, ਇਸੇ ਧਿਆਏ ਸਦਾ ਮਨ ਅੰਦਰ, ਕਿਧਰੇ ਆਖਦੇ ਨੇ ਜੀ ਪ੍ਰਸਾਦ, ਤੇਰਾ ਸੁੰਦਰ ਰੂਪ ਸੋਪ ਪ੍ਰਭ ਸਿਮਰੋ ਸਦਾ ਅਨੂਪ, ਬਖਸ਼ਿਸ਼ ਵੇਖ ਕੇ ਨਾ ਸਿਮਰਨ ਕਰਨਾ, ਉਹਦਾ ਸ਼ੁਕਰ ਕਰਨਾ। ਇਹ ਨੀ ਵੀ ਵੇਖੀ ਜਾਈਏ, ਚਾਰ ਬੰਦਿਆਂ ਨੂੰ ਮਿਲੇ ਤੇ ਉਹਨੂੰ ਕਹਿਣਾ, ਵੇਖਿਆ ਰੱਬ ਦਾ ਦਿੱਤਾ ਮੇਰੇ ਕੋਲ ਬਹੁਤ ਖੋਜ ਏ, ਆ ਰੱਬ ਨੇ ਘਰ ਦਿੱਤਾ ਈ ਬੱਚੇ ਦਿੱਤੇ ਨੇ, ਇਹ ਅਧੂਰੀ ਗੱਲ ਜੇ ਸਤਿਗੁਰੂ ਜੀ ਦਾ ਹੁਕਮ ਏ, ਇਹਨਾਂ ਨੂੰ ਵੇਖ ਕੇ ਸੋਪ ਪ੍ਰਭ ਸਿਮਰੋ ਸਦਾ ਅਨੂਪ ਸਿਮਰਨ ਕਰਨਾ ਏ, ਉਹਦਾ ਸ਼ੁਕਰ ਕਰਨਾ, ਤਾਂ ਉਹ ਦਾਤਾ ਰਹਿਣਗੀਆਂ। ਜੇ ਉਹਦਾ ਸ਼ੁਕਰ ਨਾ ਕੀਤਾ ਗੁਰੂ ਦੇ ਪਿਆਰਿਓ, ਉਹਦੀ ਯਾਦ ਉਹਦਾ ਸਿਮਰਨ ਵਿੱਚ ਨਾ ਜੁੜੇ, ਇਹ ਚੀਜ਼ਾਂ ਖੋਲੇ ਖੋਲੇ ਅਹੰਕਾਰ ਦਾ ਰੂਪ ਬਣ ਜਾਂਦੀਆਂ ਨੇ। ਮਾਨਸਲ ਕਹਿੰਦਾ ਮੈਂ ਇੰਨੀ ਜਾਇਦਾਦ ਬਣਾਈ, ਮੇਰੇ ਕੋਲ ਇੰਨਾ ਕੁਝ ਸ਼ਬਦ ਵਰਤਿਆ ਰੱਬ ਦਾ ਦਿੱਤਾ, ਪਰ ਕਹਿ ਰਿਹਾ ਕਿ ਮੈਂ ਬਣਾਇਆ ਆਪਦਾ ਹੈ, ਉਸ ਮੈਂ ਨੂੰ ਮੁਕਾਏ ਦਾ ਨਾਮ, ਮੈਂ ਨੂੰ ਮੁਕਾਏ ਦਾ ਗੁਰੂ ਦਾ ਸ਼ਬਦ ਸੁਣਨਾ। ਆਪਾਂ ਪਿਆਰ ਨਾਲ ਗੁਰਦੇ ਗੁਰੂ ਦੇ ਸ਼ਬਦ ਦੇ ਨਾਮ ਦੇਵ ਜੀ 727 ਸਤਿਗੁਰੂ ਜੀ ਦਾ ਅੰਗ ਤਿਲੰਗ ਰਾਤ ਦੇ ਅੰਦਰ ਵਾਹਿਗੁਰੂ ਵੱਲ ਸੰਬੋਧਨ ਹੋ ਕੇ ਅਸੀਂ ਆਪੇ ਨੂੰ ਕਿਵੇਂ ਤੱਕਣਾ ਤੇ ਸਾਈਂ ਦੀ ਬਖਸ਼ਿਸ਼ ਤੇ ਮਿਹਰ ਨੂੰ ਕਿਵੇਂ ਤੱਕਣਾ। ਦੀਦਾਰ ਕਰੋ ਜੀ ਵਾਹਿਗੁਰੂ ਸਾਹਿਬ ਜੀ, ਨਾਮ ਦੇਵ ਜੀ, ਮੈਂ ਅੰਤ ਤੇਰਾ ਨਾਮ ਅੰਤਾਰਾ। ਹੁਣ ਬੇਨਤੀ ਇਹ ਹੈ ਕਿ ਮੈਂ ਅੰਧਲੇ ਕੀ ਟੇਕੇ ਪੈਂਦੀ ਆਸਰਾ ਤੇਰਾ ਨਾਮ ਹੁਣਕਾਰਾ, ਹੁਣਕਾਰਾ ਸਹਾਰਾ, ਅਸੀਂ ਅੰਧੇ ਆ ਗਰੀਕ ਨਿਵਾਸ, ਮੈਂ ਅੰਧਾ ਹਾਂ, ਪਰ ਮੈਨੂੰ ਤੁਹਾਡੀ ਟੇਕ ਜਿਵੇਂ ਅੱਖਾਂ ਤੋਂ ਵਿਖਾਉਂਦੇ ਗੁਰੂ ਤੇ ਪਿਆਰ ਕੇ ਕਿਸੇ ਨੂੰ, ਜਿਹੜਾ ਵੀ ਇਨਸਾਨ ਦੇ ਕੋਲ ਅੱਖਾਂ ਦੀ ਜੋਤ ਨੇ ਉਹਨੂੰ ਸੋਟੀ ਦਾ ਸਹਾਰਾ ਹੈ, ਜਾਂ ਉਹਨੂੰ ਕਿਸੇ ਵਿਅਕਤੀ ਦਾ ਸਹਾਰਾ ਲੈਣਾ ਪੈਂਦਾ ਏ। ਸਹਿਬ ਕਹਿਣ ਲੱਗੇ, ਆਤਮਕ ਤੌਰ ਤੇ ਸਾਡੇ ਕੋਲ ਗਿਆਨ ਦੀਆਂ ਅੱਖਾਂ ਨਾ ਹੋਣ ਕਾਰਨ ਸਾਨੂੰ ਪੂਰੀ ਜ਼ਿੰਦਗੀ ਗੁਰੂ ਨਾਨਕ ਪਿਤਾ ਦੇ ਸ਼ਬਦ ਦੀ ਡੰਗੋਰੀ ਟਿਕ ਕੇ ਲੈਣ ਦੀ ਲੋੜ ਪੈਂਦੀ ਹੈ। ਬਾਬਾ ਫਰੀਦ ਸਾਹਿਬ ਜਦੋਂ ਬੁਢਾਪੇ ਚਲੇ ਗਏ, ਕਿਸੇ ਨੇ ਕਹਿ ਦਿੱਤਾ ਜੀ ਹੁਣ ਕਈ ਵਾਰ ਡਿੱਗਣ ਦਾ ਡਰ ਰਹਿੰਦਾ ਹੈ, ਤੁਸੀਂ ਸੋਟੀ ਪਕੜ ਲਿਆ ਕਰੋ। ਹੁਣ ਪੂਰਨ ਜਿਹੜੇ ਹੁੰਦੇ ਨੇ ਉਹਨਾਂ ਦੇ ਜਦੋਂ ਕੋਈ ਜ਼ੁਬਾਨ ਤੋਂ ਵਚਨ ਕਰਨ, ਉਹ ਕੋਈ ਕੋਈ ਬਹੁਤ ਵੱਡਾ ਸੰਦੇਸ਼ ਦੇਣਾ ਚਾਹੁੰਦੇ ਨੇ, ਉਹਦੀ ਬਾਹਰ ਦੀ ਗੱਲ ਦੀ ਵੀ ਕੀਮਤ, ਉਹਦੇ ਅੰਦਰ ਜਿਹੜਾ ਸੁਣਿਆ ਹੁੰਦਾ ਉਹਦੀ ਬਹੁਤ ਵੱਡੀ ਕੀਮਤ। ਸੋਟੀ ਪੜ੍ਹ ਲਈ, ਹਜੇ ਪੜ੍ਹ ਕੇ ਤੁਰੇ ਨਾ, ਤੇ ਗੁਰੂ ਦੇ ਪਿਆਰਿਓ ਹਜੇ ਦੋ ਚਾਰ ਕਦਮ ਤੁਰੇ, ਸੋਟੀ ਸੁੱਟ ਦਿੱਤੀ। ਆਖਿਆ ਬਾਬਾ ਫਰੀਦ ਸਾਹਿਬ ਸੋਟੀ ਤੋਂ ਸੁੱਟੀ ਦੇ, ਕਹਿਣ ਲੱਗੇ ਆਵਾਜ਼ ਆਈ ਰੱਬ ਕਹਿੰਦਾ ਏ, ਉਹ ਸਾਰੀ ਜ਼ਿੰਦਗੀ ਮੇਰਾ ਸਹਾਰਾ ਲੈ ਕੇ ਕਦਮ ਪੁੱਟੇ ਤੇ ਬੁਢਾਪੇ ਵੇਲੇ ਸੋਟੀ ਦਾ ਸਹਾਰਾ ਲੈ ਰਹੇ। ਇਕਦਮ ਸੋਟੀ ਸੁੱਟ ਦਿੱਤੀ। ਇਹ ਨੀ ਕਿ ਅਸੀਂ ਕੱਲ ਨੂੰ ਸੋਟੀ ਪਕੜਨੀ ਨੇ, ਗੱਲ ਇਹ ਭਈ ਅੰਦਰ ਦੀ ਟੇਪ ਤੇ ਸਹਾਰਾ ਕਿਹਦਾ ਲੈਣਾ ਹੈ। ਪ੍ਰੋਫੈਸਰ ਪੂਰਨ ਸਿੰਘ ਦੇ ਬੱਚੀ ਨੂੰ ਵਿਆਹਿਆ, ਡੋਲੀ ਚ ਬਿਠਾਇਆ, ਬਿਠਾ ਕੇ ਜਦੋਂ ਤੁਰਨ ਲੱਗੀ ਤੇ ਰੋਈ ਬਾਬਲ ਤੇ
گل لگ کے رو لگی تے باپ پروفیسر پورن سنگھ نے روک دیتا کہنے لگے کہ یہ رو نا آخیاں بے واسنا دیکھیا تو اچھڑ لگی کہنے وچھڑن کا سوال کیوں بچیے تینوں تیرا پتی مل گیا ہے تم خوش ہو جڑے پتی پرمیشر نو میں ملنا چاہنا وا ہجے مین ملیا نہیں جے خود وچھوڑے دی درد شروع ہو گئی میں ساری زندگی روکاں گا کہ رو پھر کسے نے بن نہیں کرا پیارو جدو جاگاں گے نا کر کی دے ہر ست نو بدل دین گے ہن آنند کارج کون خیر اپنے انڈیا وچ تاں تم مک گیا ہے نا رشتے دار کھان لی بلاو انہوں گردوار کے گرو گرنتھ صاحب کے نیڑے نہیں سی پاؤن دینا ڈام رہ کے تو سیدھے پیلس سیدھے پیلس ادھر نہ آیا جی ماما کو اپ پڑ آوے بس اور نہیں کسی آنا خبردار جی گرو گرنتھ صاحب کو آ گئے تو کہنا آنند کارج کمال کی گل ہے بعد کے ملکوں چ پلائے ویاہ ویلے ہر جیو گرو کی سنگت وچ بیٹھے گا پر دو گھنٹے لگن سے پاوے ڈھائی لگن خیر بینتی میں کر لگا سا کہ گرو کی سنگت نے اسیس دیکھنی سی رل کے خود بچیاں نو کر اودے کو تا دور کر دیتا ہور اج ایک مجبوری ہے کہ پیرے دوانے پیڑے نے کوئی مریادا نہیں پر پیار نے کی کہانی اصلیت یہ سی چار لانکاں دا ایک پاسے سبند سے اس دنیا میں آپا نے کیویں رہنا ہے دوسرے پاسے سی اپدیش گرو کے پیارو اس آتما نرنکار دا سہارا ٹیک کیویں دے کے خود گھر کیویں پہنچنا ہے وہی ٹیک سی تے جدو نا جدو اسی یہ جانتے نے تے ود تو ود یہ ہوئے گا کہ نند کارج ہوئے نے لاواں دا پاٹ بڑا سونا ہو گیا ہے کیرتنیاں نے بہت سونی آواز اج کیرتن سنا ہے چنگا چنگا لگے گا بہت بھلا پر جس دن اندر جاگے گا اس کو اچھی کھیڑ پرتے گی اس دن اندر کہے گا پورن سنگھ وانگ ہے نرنکار اج میں ان بچیاں دیا لاواں تے پڑھ دتیاں نے آنند کارج ویلے میرے تے پدو کو کڑی آئے گی جدو نرنکار میری آتما دیا تیرے تر لاما ہوں گیا گرو کے پیارو ایک شبد خلاف رکھ دے کے گا اندر لوگ ستگرو جی میل کر رہے نے کہتے اسی اندھے ہاں اندھے من کو دسنا نہیں ٹھیک ہے پیارو جی ٹھیک دسدا ہوئے اسی کدے رب تے دلا کریے ہی نہ اتنا کچھ کر ساڈے پے تاں میں کچھ نہیں دتا اندھے اینے ہاں پیارو کسی دی موت ہو جاوے پاویں عمر پانچ سال دی کسی دی ہوے پر جوانی بڑھاپے وچ سو سال تا بھی جدو بندے دی موت ہوندی ہے نا تے او بندہ بیمار ہو گیا ہوئے بہت دکھی بھی ہون کر دے پر جس دن موت ہونی اندھے پن دا سی کھلا پرتاپا کردے ہاں سب تو پہلا اپنے دے گھر جا کے رب دے شریک نہیں بنتے رب دے دکھی بنتے ہاں رب نے تواڈے نال بہت ہی ماڑا کیتا ہے انہاں گلاں دی قیمت ہے پیارو جس نرنکار کی میر ول دھیان کرنا سی اندھا پن اینا کل تک کہہ رہے سن جے ادان کو جاوے چنگا ہے اج او رہ گیا تے کہندے رب نے ماڑا کیتا ہے جے تا کوئی جوانی وچ ہوئے تا وی شبد جے کر کوئی گرو کے کار بڑھاپے وچ گیا تا وی ساڈے اندر پن دی کیڑی کیڑی گل کریے من کو صحیح دسدا نہیں ہے ڈگنا ٹہنا اپنے آپ کنے پاپاں کا ہور بھار پا لینے ہاں سہ آخری نے ہاں جدو نام کی دیکھ لیے تو سہی سانو دسن لگ پہ ہے تیرا نام خود کارا وہ نام کا سہارتا لیے ایک چھوٹی جی گل پیارو گرو شبد کی وچار پیٹا جدو ستگرو ترس کرتے ہیں بہت ہے جی چاہتا ہے بھائی اپنے جیون نال سبندت ستگرو حکم تو کیتے ہیں کہ جڑے کام نہیں کرنے پتا لگے گا تو تائیے نا سب کہتے نام نال جدو اکھاں کھل گیا نے نا سجاقا بن پاؤں ہے کرتار پور سنگھ پاکستان والا آ کے کہنے لگا صرف ستگرو گرو نانک صاحب کمال ہو گئے
ਕਰਤਾਰ ਪੁਰਸ਼ ਦਾ ਕਰਤਾਰ ਤੇ ਬੰਦੇ ਤੁਸੀਂ ਬਣਾਏ ਕਿ ਰੱਬ ਵਰਗੇ ਪਰ ਇੱਥੇ ਵੀ ਚੋਰੀ ਚੱਲਦੀ ਜੇ ਇੱਥੇ ਵੀ ਚੋਰੀ ਚੱਲਦੀ ਜੇ ਪਿਆਰੋ ਉਹ ਮਹਾਰਾਜ ਕਹਿਣ ਲੱਗੇ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਕਹਿੰਦੇ ਵੀ ਆਪ ਅੱਖਾਂ ਨਾਲ ਵੇਖਿਆ ਸੱਚ ਅੱਖਾਂ ਨਾਲ ਵੇਖਿਆ ਸੱਚ ਇੱਕ ਬੰਦਾ ਰਾਤ ਨੂੰ ਕਣਕ ਦੇ ਬੋਲ ਵਿੱਚੋਂ ਦਾਣੇ ਚੁੱਕ ਚੁੱਕ ਕੇ ਦੂਸਰੇ ਆਪਣੇ ਬੋਲ ਵਿੱਚ ਪਾ ਰਿਹਾ ਸੀ ਸਤਿਗੁਰੂ ਕਹਿੰਦੇ ਨੇ ਕਹਿਣ ਲੱਗਾ ਵੀ ਅੱਖੀ ਵੇਖ ਕੇ ਆਇਆ ਵਾ ਅੱਖੀ ਵੇਖਿਆ ਸੱਚ ਹੁੰਦਾ ਨਹੀਂ ਅੱਖਾਂ ਨਾਲ ਵੇਖ ਕੇ ਕੋਈ ਸੱਚ ਨਹੀਂ ਵੇਖ ਸਕਦਾ ਕਰ ਅੱਖਾਂ ਵਿੱਚ ਉਹ ਸ਼ਕਤੀ ਨਹੀਂ ਇਹ ਸੱਚ ਵੇਖ ਸਕਣ ਇਹ ਕੂੜ ਵੇਖ ਸਕਦੀਆਂ ਨੇ ਕੂੜ ਦੀ ਬਣਾਈ ਦੁਨੀਆਂ ਬਾਹਰ ਲਈ ਉਹ ਵੇਖ ਸਕਦੀਆਂ ਨੇ ਸਹਿਮ ਕਹਿੰਦੇ ਚੰਗਾ ਕੱਲ ਨੂੰ ਫੇਰ ਵੇਖੇ ਇੱਕ ਹੋਰ ਸੱਜਣ ਵੇਖਿਆ ਉਹ ਵੀ ਬਹੁਤ ਦਾਣੇ ਚੁੱਕ ਕੇ ਦੂਸਰੇ ਚ ਪਾ ਰਿਹਾ ਸੀ ਕਹਿਣ ਲੱਗਾ ਸਤਿਗੁਰੂ ਦੋ ਵੇਖ ਲਏ ਨੇ ਸਹਿਮ ਕਹਿੰਦੇ ਠੀਕ ਏ ਜਾਣਦੇ ਸਨ ਅੰਤਰ ਜਾਮੀ ਆਪ ਵੀ ਖੇਡ ਵਰਤਾ ਰਹੇ ਸੀ ਬੁਲਾ ਲਿਆ ਦੋਨਾਂ ਨੂੰ ਵਾਰੀ ਵਾਰੀ ਕੱਲੇ ਕੱਲੇ ਨੂੰ ਪੁੱਛਿਆ ਵੀ ਤੂੰ ਦਾਣੇ ਚੋਰੀ ਕਰਦਾ ਸਹਿ ਰਾਤੀ ਕਹਿਣ ਲੱਗਾ ਗਰੀਬ ਨੂੰ ਅੱਜ ਨਹੀਂ ਦੋ ਵੀਰ ਅਸੀਂ ਗਰੀਬ ਨਵਾਜ ਮੇਰੇ ਘਰ ਦੇ ਅੰਦਰ ਸੰਤਾਨ ਹੋਏ ਨੇ ਮੇਰੇ ਦੂਸਰੇ ਵੀਰ ਦੇ ਘਰ ਸੰਤਾਨ ਬਾਲ ਬੱਚੇ ਨਿੱਕੇ ਨਿੱਕੇ ਮੈਂ ਚਾਹੁੰਦਾ ਸਾਂ ਉਹਦੀ ਮਦਦ ਕਰਾਂ ਉਹਦੇ ਬੱਚੇ ਰੱਜ ਕੇ ਰੋਟੀ ਖਾਣਗੇ ਸੀ ਤੇ ਦੋ ਜੀਆਂ ਥੋੜੀ ਚ ਵੀ ਗੁਜ਼ਾਰਾ ਕਰ ਲਾਂਗੇ ਪਰ ਉਹਦੀ ਮਦਦ ਕਰਨੀ ਸੀ ਥੋੜੇ ਉਹ ਲੈਂਦਾ ਜਾਂ ਨਾ ਉਹ ਚੰਗਾ ਨਾ ਲੱਗਦਾ ਮੈਂ ਰਾਤ ਦੇ ਹਨੇਰਾਂ ਵਿੱਚ ਕਿਸੇ ਆਪਣੇ ਵੀਰ ਦੇ ਬੋਲ ਵਿੱਚ ਆਪਣੇ ਵੱਲੋਂ ਦਾਣੇ ਪਾ ਕੇ ਆ ਰਿਹਾ ਸਾਂ ਆਖਿਆ ਵਾਹ ਤੁਹਾਨੂੰ ਗੁਰੂ ਨਾਨਕ ਸਾਹਿਬ ਕਹਿ ਲੱਗੇ ਵਾਹ ਸਿੱਖੀ ਜਦੋਂ ਦੂਸਰੇ ਨੂੰ ਪੁੱਛਿਆ ਤੂੰ ਕੀ ਕਰਦਾ ਸੀ ਕਹਿਣ ਲੱਗਾ ਮੈਂ ਆਪਣੇ ਵੀਰ ਦੇ ਬੋਲ ਵਿੱਚ ਦਾਣੇ ਪਾ ਕੇ ਆਉਂਦਾ ਸੀ ਇਸ ਲਈ ਮੇਰੇ ਵੀਰ ਘਰ ਬੱਚੇ ਨੇ ਪਰ ਉਹ ਸੇਵਾ ਤੋਂ ਬੜਾ ਚਾਹੇ ਰੋਜ਼ ਹੀ ਦੋ ਪਾਏ ਚਾਰ ਪਾਏ ਸਾਰਾ ਦਿਨ ਲੰਗਰ ਪੱਕਦੇ ਨੇ ਮੈਂ ਸੋਚਿਆ ਅਸੀਂ ਗ੍ਰਸਤੀ ਹਾਂ ਸੋ ਆਪਾਂ ਰੁਕੀ ਮਿੱਸੀ ਵੀ ਖਾ ਕੇ ਗੁਜ਼ਾਰਾ ਕਰ ਲਾਂਗੇ ਪਰ ਮੇਰੇ ਵੀਰ ਦੇ ਘਰੋਂ ਰੱਬ ਜਿਨ੍ਹਾਂ ਨੂੰ ਭੇਜਦਾ ਹੈ ਉਹ ਭੁੱਖਾ ਤੇ ਪਿਆਸਾ ਨਾ ਚੜਾ ਜਾ ਗੁਰੂ ਦੇ ਪਿਆਰਿਓ ਸਤਿਗੁਰੂ ਜੀ ਦੇ ਬਚਨ ਸੁਣ ਕੇ ਤੇ ਉਸ ਪਿਆਰਿਆਂ ਦੇ ਸਵਾਲ ਕਰਨ ਵਾਲਾ ਜਿਹੜਾ ਕਹਿੰਦਾ ਸੀ ਮੈਂ ਸੱਚ ਵੇਖ ਕੇ ਆਖਾਂ ਨਾ ਉਹਦਾ ਸਿਰ ਚੁੱਕ ਗਿਆ ਕਹਿਣ ਲੱਗੇ ਸੱਚ ਅੱਖਾਂ ਵੇਖ ਕੇ ਅੱਖਾਂ ਨਾਲ ਸੱਚ ਵੇਖੀ ਦਾ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਦਾ ਸਹਾਰਾ ਜਦੋਂ ਲਈਏ ਅੰਦਰੋਂ ਅੱਖਾਂ ਖੁੱਲਦੀਆਂ ਨੇ ਸੱਚ ਨਾਲ ਜੁੜ ਕੇ ਸੱਚ ਨੂੰ ਵੇਖ ਸਕੀ ਜਾ ਅੱਜ ਜਿੰਨੇ ਝਗੜੇ ਨੇ ਬਸ ਇੱਥੇ ਖਲੋਤੇ ਨੇ ਘਟਨਾ ਹੋਰ ਹੁੰਦੀ ਏ ਅੱਖਾਂ ਨਾਲ ਵੇਖ ਕੇ ਫੈਸਲੇ ਸੀ ਕੁਝ ਹੋਰ ਬਣਾ ਲੈਂਦੇ ਹਾਂ ਸਹਿਬ ਕਹਿੰਦੇ ਸੱਚ ਨਾਲ ਜੁੜੋ ਜੁੜਨ ਦਾ ਮਤਲਬ ਸੀ ਨਾਮ ਨਾਲ ਜੁੜੋ ਅੱਜ ਦਾ ਬੱਚੇ ਨੇ ਤੇਰਾ ਨਾਮ ਕੁੰਦ ਤਾਰਾ ਉਹ ਨਾਮ ਦਾ ਸਹਾਰਾ ਲੈ ਕੇ ਨਾਮ ਅੰਧਲੇ ਪਾਨੋਂ ਕਿਸ ਤਰ੍ਹਾਂ ਦੂਰ ਕਰਦਾ ਜੇ ਅੱਖਾਂ ਖੁੱਲ ਜਾਂਦੀਆਂ ਨੇ ਤਾਂ ਹੀ ਸਹਿਬ ਕਹਿੰਦੇ ਨੇ ਇਹ ਅੱਖਾਂ ਡਾਕਟਰ ਨੇ ਨਹੀਂ ਦੇਣੀਆਂ ਇਹ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਦੇਣੀਆਂ ਨੇ ਜਿਨ੍ਹਾਂ ਨਾਲ ਉਹਨੂੰ ਵੇਖੀਦਾ ਏ ਸੱਚ ਨੂੰ ਜੋ ਸੱਚ ਕਿੱਥੇ ਰਹਿੰਦਾ ਏ ਇਹ ਸਾਰਿਆਂ ਦੇ ਵਿੱਚ ਇਹ ਹੁਣ ਨੀ ਪਿਛਲੇ ਸਾਰਿਆਂ ਚ ਸੱਚ ਉਦੋਂ ਦਿਸੇਗਾ ਜਦੋਂ ਉਹ ਅੱਖਾਂ ਦੇਣਗੇ ਤਾਂ ਹੀ ਤੇ ਮੇਰੇ ਬਜ਼ੁਰਗ ਕਹਿੰਦੇ ਨਾਨਕ ਸੇ ਅਪਣੀਆਂ ਬਿਆਨ ਜਿੰਨੀ ਨਸ਼ਨ ਦੋ ਅੱਖਾਂ ਖੋਲ ਨੇ ਜਿਨ੍ਹਾਂ ਨਾਲ ਉਸ ਮੇਰੇ ਪਿਆਰ ਦੇ ਪਰਮਾਤਮਾ ਨੂੰ ਤਕੀਰ ਹੈ ਸਤਿਗੁਰੂ ਤਰੀਕ ਨਵਾਜ ਪਿਤਾ ਜੀ ਆਖਦੇ ਪਾਈ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਹੁਣ ਦਾਤਾ ਵਾਹਿਗੁਰੂ ਤੁਹਾਡਾ ਨਾਮ ਦਾ ਸਹਾਰਾ ਲੈ ਕੇ ਮੈਂ ਤੁਰਾਂ ਤਾਂ ਹੀ ਮੈਂ ਡੋਲਣ ਡਿੱਗਣ ਤੋਂ ਬਚਦਾ ਤੇ ਫੈਸਲੇ ਸਹੀ ਕਰ ਸਕਦਾ ਨਹੀਂ ਤੇ ਗਲਤ ਕਰਾਂਗਾ ਆਧਾਰ ਤੱਕਿਆ ਉਹ ਬੜਾ ਪਾਵਰਫੁਲ ਹੈ ਫਿਰ ਸਾਨੂੰ ਕਾਹਦੀ ਚਿੰਤਾ ਜੇ ਨਾਮ ਇਤਨਾ ਵੱਡਾ ਸ਼ਕਤੀਆਂ ਦਾ ਮਾਲਕ ਏ
جیڑا آپ پدارت کی سرشتی دے مالک نو ملا سکدا ہے اسی ساڈا نا دیکھو ستگرو نے کیڑا پار اتار پھر چیتا کرو گرو صاحب نے نا سانو امرت کی داد دے کے نام کی داد دے کے سیدھا رب دے گھر نو کچ تو آیا ہے تھلے نہیں کسی کی لوڑ پی رستے وچ سیدھا جیڑا نام نال جڑ گیا اونے واحگرو کی سیدھی بانہ پکڑ لی اونی بانہ میں گرو کے پیارو جہاں کج پرمیشر نے آپ سیدھا پکڑیا ہوئے اونوں کیڑی بلا کے لے گئے اونوں کیڑا دکھ سنتاپ آ کے گھیر لے گا تاں تے صاحب کہندے اج سنیا نہیں جس دن یہ سن گیا نا گرو کے پیارو کوئی اودی بانی تے نام خدا سی پکڑے ہے جڑا سرشتی دا مالک ہے ہوئے گا کہ پرود کہندے دکھ روگ سنتا دماغ تو آتما تو کرو جدو سنی سچی بانی جدو سچ کی بانی سن گئی بھائی نام جپیے تو رب سدا ساڈا ساڈا ہاتھ پکڑ دے پیارے اس دن سنت ساجن پیسر سے پورے گردے جانی اس دن اندر کراس کوئی سجن تائی کوئی سنت تائی تے گن پاؤ گے پنکتیاں سن دوستوں بعد ہوں واحگرو جی ول دیکھو دھیان جڑا میں پرارمبھ وچ کیا سی کریما واحگرو کرم کرتا بخشش رحیما وہ رحمتا ہی رحمتا کرتا ہے جی سانو یہ گلا چیتا ہوں اللہ تو گنی سب تو وڈا ہے تو نرنکار بہت امیر تے شبد چھوٹا جہ پاؤ سبوں کو جے جی پتا ہوئے کیوں کیول بخشش ہی کرتا ہے رحمت کرتا ہے کہ ساڈے اندروں کدے وہ گلا شکوا افسوس نکلے گا نہیں نکلے گا کدے بھی کیونکہ انہیں کرم کیتا بخشش کیتی ہے جدو پیارو ان پیار نہ کریے اُدیاں بخشاں نوں وی اسی شراب سمجھدے ہاں پر جدو اس نال جڑ جائیے دنیا جنہاں نوں شراب سمجھدی ہے رب دے پیارے انہاں نوں میر جان کے اپنے اندر پروان کر دے دکھ نوں کوئی پروان کرتا ہے پر جپجی صاحب ستگرو کہندے جڑیاں آتماواں دکھ نوں وی داس سمجھدیاں تے بھک نوں وی اُدی داس سمجھ کے پروان کردیاں نے ہن نہیں ہوں تو آپ کیول سکھ نمجھتے ہیں ادو کان کے دکھ بھوک سدما تک نام پہنچائے گا وہ سدا بخشش کردا رحم کردا سب کو وڈا ہے پھر وڈیاں کول جا کے پھر نکیاں موٹیاں دا ڈر کھادا پائی کہندے وڈا ہے نام وڈے نے ستگرو سچے پاتشاہ مہاراج وڈا ہے پرمیشر اودے نال اسی جڑ کے رہنا ہے درچے سامنے منی درچے میرے گرو کے پیارے ہو ارج پہ اے نرنکار تو میرے اچھے پیر سامنے پہ در تو میرے وچ بھی کہ تے میرے سامنے بھی کہ نرنکار اندر بھی اسی دو جگہ ویکھدے ہاں جا اکھاں بند کریں گے اندر ویکھاں گے بولاں گے تے سامنے ویکھاں گے صاحب کہندے سامنے بھی اندر اک بند کرو بھی وہ دے وہ خاجر ناجر ہے پر پیارو اسی نہیں خاجر ناجر ہوں گے ساڈا دھیان ہمیشہ غیر خاطر ہی رہندا ہے یہ نہ خاطر ناجر یہ نہیں رہندا ستگرو کہندے خاطر ناجر نام یہ ہوندا ہے سانو اپنے کول نام کھچ کے لینا ساڈی سرتی ساڈا دھیان پھر باہر کدھر انج نہیں کہنا پوے گا ربا کچھے کوئی میری سنتا نہیں اچا اچ کر کی لوڑ نہیں پھر تا گرو کے پیارو وہ سامنے بھی تسی پوڑی بولو گے تسی اپنے جے نام بھی بولو گے تہاڈا اندر بولے گا تے اندر کو بیٹھ کے سن لے بولو یہی ہے نا جدو کسی مہاپور پور جانا
ਸਾਡੇ ਅੰਦਰ ਕੋਈ ਮਹਾਂਪੁਰਖ ਉਹਦਾ ਜਵਾਬ ਦਿੰਦੇ ਕਹਿੰਦੇ ਜੀ ਅੰਦਰ ਜਾਮੀ ਹੈ ਉਹ ਘਟਨਾ ਕਿਵੇਂ ਵਾਪਰੇ ਉਹ ਜਿਹੜੇ ਬੋਲ ਸਾਡੇ ਅੰਦਰ ਖਿਆਲ ਸਨ ਅਸੀਂ ਅਜੇ ਉਹਨੂੰ ਕੁਛ ਸ਼ਬਦਾਂ ਦਾ ਜਾਮਾ ਨਹੀਂ ਦਿੱਤਾ ਸਾਡੀ ਜ਼ੁਬਾਨ ਨੇ ਸਾਡੇ ਹੋਠਾਂ ਨੇ ਸਾਡੇ ਇਸ ਮੂੰਹ ਦੇ ਸਿਸਟਮ ਨੇ ਪਰ ਅੰਦਰ ਉਹ ਖਿਆਲ ਬਣ ਚੁੱਕੇ ਨੇ ਉਹ ਖਿਆਲ ਜੇ ਸਾਨੂੰ ਸੁਣਦੇ ਨੇ ਯਾਦ ਰੱਖਣਾ ਕਿ ਉਹ ਨਿਰੰਕਾਰ ਤੇ ਉਹਦੇ ਬਖਸ਼ੇ ਨੂੰ ਕਿਉਂ ਨਹੀਂ ਸੁਣਦੇ ਕੌਣ ਤਾਂ ਹੀ ਨਾ ਪੰਚਮ ਪਿਤਾ ਜੀ ਸ਼ਬਦ ਵਰਤਦੇ ਨੇ ਕਹਿੰਦੇ ਸੇਵਕ ਕੋ ਨਿਕਟੀ ਕੋਇਲ ਦਿਖਾਵੇ ਨਿਰੰਕਾਰ ਦਾ ਜਦੋਂ ਕੋਈ ਸੇਵਕ ਬਣ ਜਾਏ ਨਾ ਉਹਨੂੰ ਫਿਰ ਵਾਹਿਗੁਰੂ ਆਪਣਾ ਆਪ ਨੇੜੇ ਹੋ ਕੇ ਦਿਖਾਉਂਦਾ ਰਹਿੰਦਾ ਜੀ ਆਪ ਦੇਖੋ ਮੈਂ ਇੰਨਾ ਨੇੜੇ ਵਾਂ ਤਾਂ ਹੀ ਇਹ ਬਚਨ ਇਹ ਜੋ ਜੋ ਪੈ ਠਾਕੁਰ ਪੈ ਸੇਵਕ ਤਤਕਾਲ ਹੋਏ ਜਾਵੇ ਉਹ ਜ਼ੁਬਾਨ ਤੋਂ ਨਹੀਂ ਕਹਿਣਾ ਜੋ ਉਹਦੇ ਅੰਦਰ ਜੁੜੀਆਂ ਆਤਮਾਵਾਂ ਦੇ ਜੋ ਅੰਦਰ ਖਿਆਲ ਆਇਆ ਨਿਰੰਕਾਰ ਤਤਕਾਲ ਤੋਂ ਕੰਮ ਕਰਕੇ ਦੱਸਦਾ ਕੋਈ ਬੈਠਾ ਸੀ ਪਰ ਅਸੀਂ ਇਸ ਗੱਲ ਨੂੰ ਬਹੁਤਾ ਕਬੂਲ ਨਹੀਂ ਕਰਦੇ ਸਾਡਾ ਧਿਆਨ ਦੂਰ ਜਾ ਕੇ ਬੜਾ ਖੁਸ਼ ਹੈ ਸਾਹਿਬ ਕਹਿੰਦੇ ਨੂੰ ਨੇੜੇ ਲਿਆਓ ਉਹ ਖਾਜਰ ਨਾਜਰ ਤੁਸੀਂ ਉਹਦੀ ਖਜੂਰੀ ਵਿੱਚ ਬੈਠ ਕੇ ਨਾਮ ਜਪੋ ਖਜੂਰੀ ਵਿੱਚ ਬਾਣੀ ਪੜੋ ਉਹਦੀ ਖਜੂਰੀ ਵਿੱਚ ਬੈਠ ਕੇ ਕੰਮ ਤੇ ਜਾਓ ਉਹ ਨਾਲ ਕੋਈ ਉਹ ਮੇਰੇ ਅੰਗ ਸੰਗ ਮੈਨੂੰ ਦੇਖ ਰਿਹਾ ਹੈ ਹੁਸ਼ਿਆਰ ਦਾ ਅਰਥ ਹੁੰਦਾ ਹੈ ਬਹੁਤਾ ਧਨੀ ਦਾ ਅਰਥ ਜਿਹਦੇ ਕੋਲ ਬਹੁਤ ਧਨ ਦੇ ਭੰਡਾਰ ਨੇ ਪਿਆਰਿਓ ਦਰਿਆਓ ਨੂੰ ਦਿੱਤਾ ਦੋ ਵਾਹਿਗੁਰੂ ਜੀ ਤੁਸੀਂ ਦਰਿਆਓ ਦੇ ਕੰਧ ਦਾ ਅਰਥ ਤੁਸੀਂ ਦਿੰਦੇ ਹੋ ਇਹ ਗੱਲ ਅਸੀਂ ਪੱਕੀ ਕਰ ਲਈਏ ਤੇ ਕਿਸੇ ਹੋਰ ਕੋਲ ਮੰਗਾਂਗੇ ਨਹੀਂ ਜੀ ਉਹ ਦਿੰਦੇ ਹੋ ਤੁਸੀਂ ਤੇ ਮੈਂ ਤੁਹਾਡੇ ਕੋਲ ਲਵਾਂਗਾ ਤੁਸੀਂ ਕੇਵਲ ਦੇਣਾ ਜਾਣਦੇ ਹੋ ਲੈਂਦੇ ਤੇ ਕੁਝ ਵੀ ਨਹੀਂ ਉਹ ਕੀ ਲੈਂਦੇ ਨੇ ਅਸੀਂ ਨਿੱਕੀ ਜਿਹੀ ਚੀਜ਼ ਦਾ ਤਿਆਗ ਕਰਦੇ ਹਾਂ ਨਾ ਥੋੜਾ ਜਿਹਾ ਸਮਾਂ ਤੇ ਸਾਨੂੰ ਮਾਣ ਹੁੰਦਾ ਦੇਖੋ ਜੀ ਮੈਂ ਸਮਾਂ ਕੱਢਦਾ ਵਾਂ ਰੱਬ ਲਈ ਬਹੁਤ ਵੱਡਾ ਕਰਮ ਕੀਤਾ ਕਈ ਵਾਰ ਹੁੰਦਾ ਹੈ ਕੋਈ ਚਾਰ ਕੌੜੀਆਂ ਛੱਡ ਦਿੰਦਾ ਹੈ ਵੀ ਹੁਣ ਕੇਵਲ ਸੇਵਾ ਸਿਮਰਨ ਕਰਨੀ ਹੈ ਉਹ ਹੁੰਦਾ ਹੈ ਕਿ ਮੈਂ ਬਹੁਤ ਕੁਝ ਛੱਡਿਆ ਹੈ ਪਿਆਰਿਓ ਜਿਹੜਾ ਤੁਸੀਂ ਕੁਝ ਛੱਡਿਆ ਤੁਹਾਡਾ ਹੈ ਹੀ ਨਹੀਂ ਸੀ ਜਿਹਨੂੰ ਤੁਸੀਂ ਛੱਡ ਕੇ ਆਏ ਤੁਸੀਂ ਧੱਕੇ ਨਾਲ ਪਕੜਿਆ ਸੀ ਉਹ ਚੀਜ਼ ਨੂੰ ਛੱਡਣਾ ਸੁਨਾਖਾ ਤਾਜ਼ਾ ਹੋਇਆ ਨਹੀਂ ਗੁਰੂ ਕੀ ਸਾਧ ਸੰਗਤ ਇਹ ਅਗਿਆਤੀ ਮਨ ਵਿੱਚੋਂ ਗੱਲਾਂ ਨਿਕਲਦੀਆਂ ਨੇ ਉਹ ਦਾਤਾ ਦਿੰਦਾ ਹੀ ਦਿੰਦਾ ਅਸੀਂ ਕੀ ਦੇਣ ਜੋਗੇ ਹਾਂ ਇਹ ਜੋ ਸਾਡੇ ਤੋਂ ਸਤਿਗੁਰੂ ਸੇਵਾ ਕਰਵਾਉਂਦੇ ਨੇ ਪਿਤਾ ਹੁੰਦੇ ਸੇਵਾ ਗੁਰੂ ਕੀ ਸੰਗਤ ਦੀ ਆਦੇ ਕਰ ਗੁਰੂ ਕੀ ਗੋਲਕ ਪਾ ਕਿਸੇ ਗਰੀਬ ਲਈ ਕਰ ਇਹ ਸਾਰਾ ਕੁਝ ਗੁਰੂ ਕੇ ਪਿਆਰੇ ਇਸ ਲਈ ਸਾਡੇ ਅੰਦਰੋਂ ਕੁਝ ਪਕੜ ਘਟੇ ਇਹ ਖਾਲੀ ਹੋਵੇ ਤੇ ਅਸੀਂ ਇਹਦੇ ਚੋਰੇ ਅੰਦਰੋਂ ਭਰੀਏ ਇਹ ਖਾਲੀ ਨਹੀਂ ਹੁੰਦਾ ਇਹਦੇ ਅੰਦਰ ਨੂੰ ਖਾਲੀ ਕਰਨ ਲਈ ਉਹ ਮੇਰਾ ਕਰ ਦੇਖਣ ਉਹ ਦਰਿਆ ਬਣ ਕੇ ਵਗਦੇ ਪੈ ਕੇ ਮੇਰਾ ਦੇ ਤੇ ਦਰਿਆ ਨੇ ਬੋਲ ਕੇ ਥੋੜਾ ਕਹਿਣਾ ਹੈ ਜੀ ਆ ਦੋ ਬੰਦੇ ਆਇਓ ਦੋ ਨਾ ਆਇਓ ਦਰਿਆ ਨੇ ਵਗਣਾ ਹੈ ਜਿਹੜਾ ਮਰਜ਼ੀ ਪਾਣੀ ਪੀ ਜਾਏ ਘੜੇ ਭਰ ਲਜਾਵੇ ਉਹਦੇ ਵਿੱਚੋਂ ਖੇਤਾਂ ਨੂੰ ਦੇ ਲਵੇ ਗੁਰੂ ਨਾਨਕ ਸਾਹਿਬ ਦਰਿਆ ਬਣ ਕੇ ਵਗ ਰਹੇ ਨੇ ਪਿਆਰੇ ਉਹ ਨਾਮ ਜਪ ਕੇ ਕੇਵਲ ਉਹਦੇ ਵਿੱਚੋਂ ਲੈਟੀ ਜਾ ਸਕੀਏ ਸਾਹਿਬ ਕਹਿੰਦੇ ਨੇ ਦਰਿਆਓ ਤੂੰ ਤੇ ਕੰਧ ਤੋਂ ਵਿਸਿਆਰ ਤੂੰ ਧਨੀ ਬਹੁਤ ਵੱਡਾ ਤੂੰ ਧਨੀ ਏ ਜਿਹਦੇ ਘਰ ਘਾਟਾ ਕਿਸੇ ਚੀਜ਼ ਦਾ ਨਹੀਂ ਜ਼ਿਕਰ ਕੋ ਨਹੀਂ ਵਾਹਿਗੁਰੂ ਆਪ ਹੀ ਦਿੰਦਾ ਏ ਤੇ ਲੈਂਦਾ ਵੀ ਕੋ ਆਪ ਹੀ ਏ ਤੂੰ ਜਾਣੋ ਵੀ ਸਭ ਸਹਿ ਦੇ ਲੈ ਸਹਿ ਜਿੰਦ ਕਵਾਓ ਉਹ ਦਿੰਦਾ ਵੀ ਉਹ ਭਾਈ ਲੈਂਦਾ ਵੀ ਕੋਈ ਏ ਇਸ ਕਰਕੇ ਗੁਰੂ ਕੇ ਪਿਆਰੇ ਜ਼ਿਕਰ ਦਾ ਹੁੰਦਾ ਦੂਜਾ ਦੂਜਾ ਨਹੀਂ ਕਿ ਐਵੇਂ ਦੋਸ਼ ਦਿੰਦੇ ਹੋ ਕਿਸੇ ਦੂਜੇ ਦੇ ਕਾਰਨ ਮੇਰੇ ਕੋਲ ਇੰਨਾ ਮੈਨੂੰ ਘਾਟਾ ਪੈ ਗਿਆ ਉਹਦੇ ਕਾਰਨ ਜਿਹੜਾ ਘਾਟਾ ਪਿਆ ਤੁਸੀਂ ਉਹਦੇ ਨੂੰ ਕਦੇ ਘਾਟਾ ਪਾਇਆ ਸੀ ਉਹਦੇ ਕੋਲੋਂ ਉਹਦਾ ਹੱਕ ਕਦੇ ਮਾਰਿਆ ਸੀ ਅੱਜ ਉਸ ਨੂੰ ਮੌਕਾ ਮਿਲਿਆ ਏ ਕਰਮ ਕਰਾਵਨ ਕਾਰ ਪਿੱਛੇ ਨਿਰੰਕਾਰ ਦਾ ਹੁਕਮ ਚੱਲਦਾ ਹੈ ਵਿਚਾਰ ਕਿਆ ਕਰੀ ਹਾਂ ਦਾਨਾ ਬੀਨਾ ਸ਼ਬਦ ਅਸੀਂ ਬਹੁਤ ਸੁਣਦੇ ਹਾਂ ਨਾ ਇਹਦਾ ਅਰਥ ਹੈ ਦਾਨਾ ਨਿਰੰਕਾਰ ਤੁਸੀਂ ਸਾਡੇ ਅੰਦਰ ਦੀਆਂ ਤਮਾਮ ਜਾਣਦੇ ਹੋ ਸਿਆਣੇ ਅੰਤਰ ਜਾਮੀ ਹੋ ਬੀਨਾ ਦਾ ਅਰਥ ਤੁਸੀਂ ਵੇਖਦੇ ਹੋ
جو کچھ اسی کرتے ہاں پرمیشر کو ویکھدا وی ہے جاندا وی ہے یہ نہیں کہ کوئی بندہ جدو جانتا دور کھلو کن جانیا ویکھیا تے نہیں نا ہونے اسی کہہ سکتے ہاں کہ تو ویکھیا تے نہیں تو جانیا سی کی پتا صحیح ہوئے تے نا کہندے پرماتما جانتا بھی جے تے ویکھدا بھی جے ساڈے ہر کرم نو تے جے اس گل دا احساس ہو جائے بھگت جی آخدے نے تو پرمیشر ویکھ رہا ہے تے او جانتا ہے تے کیسا پیار بنے گا وہ کنیاں میرا اکدم کو جان گیا جی اندر سچ دے قبول کر لے پتا جی کہ قبول نہیں کرتا اندر پروان نہیں کرتا وہ ہوں کمائیاں کر کے ان پروان کیتا جا سکتا بھگت نامدیو صاحب جی آخری نے اے میرے واحگرو تو جانتا ہے دیکھتا ہے ہاں میں کی وچار تیرے کیویں گن گا وا نامے جے سوامی بخت سند تو ہری میرے نامے دے سوامی مالکا سائیاں تویں بخشند ہری سارا کچھ کرن والا تیرے صدقہ کی سارا سنسار ہرا بھرا ہے بخشند واحگرو جی تسی کیول بخشیں بخشن کرتے ہو تسی بخشیں دو ساڈا من کی کہندا میرے کول پاپ بڑے ہو گئے میں کچے بخشے جانا میں پاپی ہاں جسوں گل شروع ہوئی سی سب پاپی تے سواد کیوں ہوندا ہے بھی اس گل وچوں جس دن پاپی من لیں گے اس دن اس طرح کہنا نہیں پوے گا اس دن اکھاں روڑ گیا دل دھڑکے گا پر شبد نہیں پاؤ گے ہوں تو اِسی کسی نے دسنا ہوتا ہے نا میں پاپی لے جی میں بخش لو میں بہت بڑا گناہگار ہاں وہ کہتے بھی اپنے پاپا نہیں تکنا وہ بخشش والے سوال تک کے اگوں تو توبہ کریے کیا کیے صاحب میری پچھلے گناہ کی مین بخش اگوں مین اپنے چٹان نال جوڑ جس دن وہ بخشش وال تکاں گے پیارے انہیں بخشنے دیر نہیں کرنے ایک چھن دے اندر کی کانٹا دے کیا تو کلپنا پاپ کے سارا کچھ الٹا کے رکھ دے گا پھر اس دن کا میں جنہ باپ کو بہت کدی شروع تھے مٹے سب گیا سہ سہن ہر سگمن ناری خون کمل بن سیا دیکھو اچر پیا جی ٹاکر کو سن خدا کو سور گئے گر گیا سات گرو میرا کرن اسی خود بخشا والے سبھا کو تکیے کہ اپنے گناہاں نو منیے اس لئی کہ انہاں نو دور کرن والا مل گیا اس نے حکماں نو پا کے لوگ پر لوگ سچیتا بنائیے انہیں بچن پروان کرنے ہوئی پلا چکا نے کھما کرتے ہوئے آؤ پاٹ سنو دو پنکھیاں لا کر فتح پلا پانے جی کرنا تنا میں بچار کیا کری نامے چے سوامی بخشند تو